हेलो। मेरी गल गगी पंडित जी हो रही है। हाँ हाँ जी वीर जी। हाँ जी सत गगी जी, सत श्री अकाल। श्रीकाल जी। सत हरप्रीत सिंह मखू बोल रहा मैं। श्रीकाल मखू साहब। सत श्रीकाल जी। कृपा हाँ चढ़दी कला चो। गगी गुरुदेव जी, भाई मैं साहब एक जी प्रेस खुश कॉन्फ्रेंस रहने। तुहाडी सुन रहा था, मैनूं किसे वीर ने भेजी है, ते मैं हाँ जी उस वीर जी। दे मद्देनजर रख के मैं कुछ सवाल करने चाहुंदा मैं, क्योंकि दर्शकां नूं भी पता लगे, क्योंकि मैं इत्थे थोड़ा जिहा दर्शकां नूं भी दस देना चाहुंदा मैं कि 16 फरवरी नूं हाँ पंचानंद जी। गिरी जी जिस वेले समाधि लीन हो जाते ने, कहने तो भाव कि अपना जो असीं पंजाबी विच कह देने भी शरीरक चोला त्याग जाते ने, उस तो हाँ बाद जी। उन्हां हाँ दे जी। हाँ जी। उत्तराधिकारी नूं लैके काफी वड्डा विवाद भखदा नजर आ रहा है। दोवां पासियों तो प्रेस कॉन्फ्रेंस हो रही ने, पर अजे तक कोई भी जिहड़ी गल है उस सिट्टे तक नहीं अपड़ी, नतीजे तक नहीं अपड़ी। मैं जानना चाहुंदा भी इह पूरा मसला है की है, ते किस दिन तो शुरू हो जाता है। हाँ जी। बहुत बहुत धन्यवाद भी ਤੁਸੀਂ ਆਪਣੇ ਭਾਈਚਾਰੇ ਚੋਂ ਸਾਡੇ ਜਿਹੜਾ ਵੱਡੀ ਹਿੰਦੂਆਂ ਦੀ ਅੱਜ ਦੀ ਡੇਟ ਦੇ ਵਿੱਚ ਪੀੜ ਹੈ ਜੀ ਉਹਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ। ਮਿਹਰਬਾਨੀ ਆ ਜੀ। ਸਭ ਤੋਂ ਵੱਡੀ ਗੱਲ, ਸਭ ਤੋਂ ਪਹਿਲਾਂ ਉੱਤਰਾਧਿਕਾਰਤਾ ਦੀ ਜਿਹੜੀ ਗੱਲ ਹੈ ਸਾਡੇ ਅਖਾੜਿਆਂ ਦੇ ਹਿਸਾਬ ਨਾਲ ਜਾਂ ਧਾਰਮਿਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਗੁਰੂ ਜੀ ਸੰਨਿਆਸੀ ਸੀ ਜੀ ਤੇ ਉਹਨਾਂ ਦੀ ਉੱਤਰਾਧਿਕਾਰਤਾ ਜਿਹੜੀ ਸਾਰੀ ਜ਼ਿੰਦਗੀ ਹੋ ਗਈ ਉਹਨਾਂ ਦੇ ਨਾਲ, ਉਹਨਾਂ ਦੀ ਸਿਸਟਰ ਹੈ ਜਿਹੜੇ ਉਹ ਵੀ ਬਾਲ ਸਾਧਵੀ ਨੇ ਉਹ ਨਾਲ ਰਹਿੰਦੇ 24 ਘੰਟੇ ਉਹਨਾਂ ਦੀ ਬਣਦੀ ਸੀ। ਓਕੇ ਪਰ ਕੁਝ ਬਿਜ਼ਨਸਮੈਨ ਲੋਕਾਂ ਨੂੰ, ਕਿਉਂਕਿ ਹਰੇਕ ਸੰਤ ਨਾਲ ਹਰੇਕ ਸਾਧੂ ਨਾਲ ਕੁਛ ਨਾ ਕੁਛ ਲੋਕ ਜਿਹੜੇ ਆ ਬਿਜ਼ਨਸਮੈਨ ਲੱਗੇ ਹੁੰਦੇ ਆ, ਉਹਨਾਂ ਨੂੰ ਇਹ ਗੱਲ ਰਾਤ ਨਹੀਂ ਆ ਰਹੀ ਵੀ ਜਿਹੜੀ ਇਹ ਸ਼ਾਨ ਬਾਣ ਸੀ, ਜਿਹੜਾ ਸਿਸਟਮ ਸੀ ਜਿਹਦੇ ਵਰਤ ਕੇ ਉਹ ਆਪਣੇ ਬਿਜ਼ਨਸ ਚਲਾ ਰਹੇ ਸੀ ਵੀ ਜੇ ਕਿਤੇ ਉਹ ਦੀਦੀ ਮਾਂ ਕੋਲ ਚਲੀ ਗਈ, ਅਖਾੜਾ ਪ੍ਰੀਸ਼ਦ ਨੇ ਦੀਦੀ ਮਾਂ ਨੂੰ ਉੱਤਰਾਧਿਕਾਰੀ ਲਾਤਾ, ਤਾਂ ਉਹਨਾਂ ਦੀ ਉਹ ਜਿਹੜਾ ਕੰਮ ਹੈ ਚੱਲਣਾ ਨਹੀਂ। ਇਸ ਕਰਕੇ ਇਹਨਾਂ ਲੋਕਾਂ ਨੇ ਜਾਣ ਕੇ ਸਨਾਤਨ ਨੂੰ ਕਿਰਾਏ ਪਾਉਣ ਲਈ ਨਵੇਂ ਨਵੇਂ ਧੰਦੇ ਜਿਹੜੇ ਆ ਸ਼ੁਰੂ ਕੀਤੇ ਹੋਏ ਆ। ਉਹ ਹਿੰਦੂ ਸੁਰੱਖਿਆ ਸਮਿਤੀ ਦੇ ਮੁਖੀ ਸੀ। ਨਹੀਂ, ਉਹ ਕੌਣ ਲੋਕ ਨੇ ਜਿਵੇਂ ਤੁਸੀਂ ਦੱਸਿਆ ਵੀ ਕੁਛ ਬਿਜ਼ਨਸਮੈਨ ਲੋਕ ਨੇ, ਕੌਣ ਲੋਕ ਨੇ? ਤੇ ਕਿਉਂਕਿ ਜੇ ਗੱਲ ਕਰੀਏ ਆਪਾਂ ਕਿਸੇ ਵੀ ਸਾਧੂ ਮਹਾਤਮਾ ਦੀ ਰੀਤੀ ਨੂੰ ਅੱਗੇ ਤੋਰਨ ਦੀ, ਤੇ ਉਹਦੇ ਵਿੱਚ ਸਾਨੂੰ ਬਹੁਤ ਵੱਡਾ ਆਪਣਾ ਆਚਰਣ ਚਰਿੱਤਰ ਚਾਹੀਦਾ ਆ, ਡੈਡੀਕੇਟ ਹੋਣਾ ਚਾਹੀਦਾ ਆ, ਨੰਬਰ 3 ਦੇ ਉੱਪਰ ਗ੍ਰੰਥਾਂ ਦਾ ਅਧਿਐਨ ਕਰਨਾ ਹੋਣਾ ਚਾਹੀਦਾ, ਲੋਕ ਕਲਿਆਣ ਦੀ ਸੋਚ ਹੋਣੀ ਚਾਹੀਦੀ ਹੈ, ਉਹਦੇ ਵਿੱਚ ਬਿਜ਼ਨਸਮੈਨ ਕਿੱਥੋਂ ਆ ਗਿਆ? ਦੇਖੋ ਜੀ, ਜਿਹੜੀ ਉਹ ਸ਼ਾਨੋ ਸ਼ੌਕਤ ਗੁਰੂ ਜੀ ਕੋਲ ਸੀ ਅਖਾੜਾ ਪ੍ਰੀਸ਼ਦ ਵੱਲੋਂ ਸਰਕਾਰਾਂ ਵੱਲੋਂ ਸਿਸਟਮ 'ਚ, ਇਹਨਾਂ ਲੋਕਾਂ ਨੂੰ ਇਵੇਂ ਲੱਗਦਾ ਵੀ ਸ਼ਾਇਦ ਉਹ ਸਰਕਾਰੀ ਡੈਗਨੀਜੇਸ਼ਨ ਸੀ, ਜਦੋਂ ਕਿ ਉਹ ਧਾਰਮਿਕ ਪ੍ਰਾਪਤੀਆਂ ਸੀ, ਆਪਣੀਆਂ ਕੀਤੀਆਂ ਹੋਈਆਂ ਤਪੱਸਿਆਵਾਂ ਸੀ। ਠੀਕ ਹੈ, ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਸੀ ਉਸ ਥਾਂ ਤੇ, ਤਾਂ ਅਖਾੜਾ ਪ੍ਰੀਸ਼ਦ ਨੇ ਉਹਨਾਂ ਨੂੰ ਐਡੀ ਐਡੀਆਂ ਪਦਵੀਆਂ ਨਾਲ ਨਵਾਜਿਆ ਸੀ। ਪਰ ਇਹਨਾਂ ਲੋਕਾਂ ਨੂੰ ਬਹੁਤ ਨੋਰਮਲ ਲੱਗ ਰਿਹਾ ਉਹ ਕੰਮ। ਜਿਹੜੇ ਚੰਡੀਗੜ੍ਹ ਦੇ ਵਿੱਚ ਹੁਣ ਕੱਲ੍ਹ ਕਾਨਫਰੰਸ ਹੋਈ ਹੈ, ਜਿਹਦੀ ਕਾਨਫਰੰਸ ਦੀ ਤੁਸੀਂ ਗੱਲ ਕਰ ਰਹੇ ਹੋ, ਇੱਕ ਹਿਮਾਚਲ ਤੋਂ ਤਾਂਤਰਿਕ ਹੈ ਭੈਰਵਾਨੰਦ, ਅੱਛਾ ਜਿਹਨੂੰ ਕੁਛ 10-11-12 ਬੰਦਿਆਂ ਨੇ, 15 ਬੰਦਿਆਂ ਨੇ ਰਲ ਕੇ ਹਿੰਦੂ ਤਖ਼ਤ ਦਾ ਮੁਖੀ ਆਪਣੇ ਆਪ ਹੀ ਅਨਾਊਂਸ ਕਰਤਾ। ਠੀਕ ਹੈ, ਉਸ ਤੋਂ ਬਾਅਦ ਇੱਕ ਹੋਰ ਪ੍ਰੈਸ ਕਾਨਫਰੰਸ ਹੋਈ ਹੈ ਜਿਹੜੀ ਦੁੱਬੇ ਤਵਾੜੀ ਉਹਨਾਂ ਨੇ ਕੀਤੀ ਹੈ, ਇਹ ਕੈਟਰਿੰਗ ਦਾ ਕੰਮ ਕਰਦੇ ਹੈ, ਗੁਰੂ ਜੀ ਨਾਲ ਕਾਫੀ ਸਮਿਆਂ ਤੋਂ ਅਟੈਚ ਸੀ ਦੋਨੇ। ਠੀਕ ਹੈ, ਨਾ ਤਾਂ ਇਹ ਲੋਕ ਸਾਡੇ ਪੰਜਾਬ ਦੇ ਪੰਜਾਬੀ ਦੀ ਗੱਲ ਕਰ ਸਕਦੇ ਆ, ਹਾਂ ਤੁਹਾਨੂੰ ਨਾ ਤਾਂ ਪਤਾ ਲੱਗ ਗਿਆ ਹੋਣਾ ਵੀ ਤਵਾੜੀ ਤੇ ਦੁੱਬੇ ਪੰਜਾਬੀ ਦਾ ਹੈ ਨਹੀਂ। ਠੀਕ ਹੈ, ਦੋਨੇ ਜਾਣੇ ਆਊਟ ਆਫ ਸਟੇਟ ਚੰਡੀਗੜ੍ਹ 'ਚ ਆਪਣਾ ਜਿਹੜਾ ਬਿਜ਼ਨਸ ਕਰਦੇ ਆ, ਪਟਿਆਲੇ 'ਚ ਇਹਦਾ ਥੋੜ੍ਹਾ ਬਹੁਤਾ ਪਿਛੋਕੜ ਹੈ, ਇਹਦੇ ਫਾਦਰ ਸਾਹਿਬ ਇੱਕ ਮੰਦਿਰ ਦੇ ਵਿੱਚ ਤਵਾੜੀ ਦੇ ਪੁਜਾਰੀ ਸੀ। ਇਹ ਲੋਕ ਹੁਣ ਜੇ ਚਾਹਣ ਵੀ ਪੰਜਾਬ ਦੇ ਹਿੰਦੂਆਂ ਨੂੰ ਅਗਵਾਈ ਕਰ ਲੈਣ ਜਾਂ ਪੰਜਾਬ ਦੇ ਹਿੰਦੂਆਂ ਨੂੰ ਰਸਤਾ ਦੇਣ ਜਾਂ ਸਾਨੂੰ ਦੱਸਣ ਵੀ ਸਾਡੇ ਸੰਤਾਂ ਦਾ ਉੱਤਰਾਧਿਕਾਰੀ ਕੌਣ ਹੋਏਗਾ, ਕਿਵੇਂ ਹੋਏਗਾ, ਉਹ ਸਿਰਫ ਆਪਣੇ ਬਿਜ਼ਨਸ ਦੀ ਚਾਹਤ ਨੂੰ ਰੱਖਦੇ ਹੋਏ ਸਾਡੇ ਲੋਕਾਂ ਨੂੰ ਕਿਰਾਏ ਪਾਉਣਾ ਚਾਹੁੰਦੇ ਆ। ਨਹੀਂ, ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਵੀ ਜਿਉਂ ਹੀ ਪੰਚਾਨੰਦ ਗਿਰੀ ਜੀ ਸਮਾਧੀ ਲੀਨ ਹੋਏ ਨੇ 16 ਹਾਂ ਤਰੀਕ ਜੀ ਨੂੰ, ਉਸ ਤੋਂ ਬਾਅਦ ਜੀ ਇਹ ਮਾਮਲਾ ਪੇਚੀਦਾ ਬਣਿਆ ਜਾ ਰਿਹਾ, ਕੀ ਉਹਨਾਂ ਦੇ ਨਜ਼ਰ ਦੇ ਅੰਦਰ ਜਾਂ ਤੁਹਾਡੀ ਨਜ਼ਰ ਦੇ ਵਿੱਚ ਕੋਈ ਐਸਾ ਕਾਬਿਲ ਪੁਰਸ਼ ਉਹਨਾਂ ਦੇ ਵਿੱਚੋਂ ਨਹੀਂ ਸੀ ਕਿ ਬਾਹਰੋਂ ਲਿਆਉਣਾ ਪੈ ਰਿਹਾ ਉਹਨਾਂ ਦਾ ਉੱਤਰਾਧਿਕਾਰੀ? ਦੇਖੋ, ਉੱਤਰਾਧਿਕਾਰੀ ਕਾਬਲ ਬਹੁਤ ਨੇ, ਸਭ ਤੋਂ ਵੱਡੇ ਤਾਂ ਉਹਨਾਂ ਦੀ ਭੈਣ ਆਪ ਉੱਤਰਾਧਿਕਾਰੀ ਹੈ। ਸਭ ਤੋਂ ਵੱਡਾ ਤਾਂ ਇਹ ਹੈ ਕਿਉਂਕਿ ਹਰੇਕ ਕਾਗਜ਼ ਦੇ ਵਿੱਚ, ਹਰੇਕ ਸਿਸਟਮ ਦੇ ਵਿੱਚ ਜਿਹੜੇ ਗੁਰੂ ਮਾਂ ਉਹਨੂੰ
ਦੀਦੀ ਗੁਰੂ ਮਾਂ ਨੂੰ ਨੋਮਨੀ ਕੀਤਾ ਹੋਇਆ ਗੁਰੂ ਜੀ ਨੇ ਜੀ ਠੀਕ ਹੈ ਪਰ ਕੁਛ ਧਾੜਵੀ ਲੋਕ ਜਿਹੜੇ ਜਿੰਨਾ ਚਿਰ ਉਹ ਜਿਉਂਦੇ ਰਹੇ ਉਨਾ ਚਿਰ ਉਹਨਾਂ ਦੀਆਂ ਖੜਾਵਾਂ ਤੋਂ ਉੱਪਰ ਕਦੀ ਇਹਨਾਂ ਦੀ ਨਿਗਾਹ ਨਹੀਂ ਗਈ ਅੱਜ ਮਤਲਬ ਕਿ ਉਹਨਾਂ ਦੀ ਪੱਗ ਨੂੰ ਰੋਲਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੀ ਭੈਣ ਦੀ ਉੱਤਰ ਅਧਿਕਾਰਤਾ ਨੂੰ ਡਿਨਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੇ ਮੈਂ ਕਹਾਂ ਮੇਰੀ ਉੱਤਰ ਅਧਿਕਾਰਤਾ ਹੈ ਮੇਰੀ ਉੱਤਰ ਅਧਿਕਾਰਤਾ ਫਿਰ ਵੀ ਸੈਕਿੰਡ ਉੱਤੇ ਹੈ ਪਰ ਜਿਹੜੇ ਫਸਟ ਉੱਤੇ ਹੈ ਇਹ ਤਾਂ ਉਹਨੂੰ ਡਿਨਾਈ ਕਰੀ ਜਾ ਰਹੇ ਆ ਉਹਨੂੰ ਨਜ਼ਰਅੰਦਾਜ਼ ਕਰ ਰਹੇ ਆ ਧੱਕਾ ਕਰ ਰਹੇ ਉਹਦੇ ਨਾਲ ਨਹੀਂ ਹੁਣ ਮਸਲਾ ਕੀ ਚੱਲਦਾ ਪਿਆ ਮੈਨੂੰ ਪਤਾ ਲੱਗਿਆ ਵੀ ਜਗਰਾਉਂ ਦੇ ਕਿਸੇ ਸਥਾਨ ਦੇ ਉੱਪਰ ਕਬਜ਼ੇ ਨੂੰ ਲੈ ਕੇ ਵੀ ਮਾਹੌਲ ਭਖਿਆ ਹੋਇਆ ਕੱਲ ਰਾਤ ਦਾ ਕਾਫੀ ਜ਼ਿਆਦਾ ਮਾਹੌਲ ਉੱਥੇ ਜਿਹੜਾ ਸਰਗਰਮ ਹੈ ਤੇ ਆਫੀਸਰ ਸਾਹਿਬਾਨ ਨੇ ਮਿਲ ਕੇ ਆਇਆ ਸੀ ਰਾਤੀ ਉੱਥੇ ਵੀ ਸਾਡੇ ਡੇਰੇ ਦੇ ਜਿਹੜੇ ਸੰਚਾਲਕ ਨੇ ਖਾ ਅਖਾੜਿਆਂ ਦੇ ਹਰੀਗਿਰੀ ਜੀ ਮਹਾਰਾਜ ਪਹੁੰਚੇ ਹੋਏ ਆ ਪ੍ਰੋਜੈਕਸ਼ਨ ਵਾਸਤੇ ਪਰ ਉਹ ਫਿਲਹਾਲ ਅਜੇ ਕੰਮ ਜਿਹੜਾ ਘੰਟਿਆਂ ਦੇ ਕੁਛ ਘੰਟਿਆਂ ਦੇ ਹਿਸਾਬ ਨਾਲ ਟਲਿਆ ਹੋਇਆ ਕਿਉਂਕਿ ਜੇ ਉੱਥੇ ਕਰਨਗੇ ਦੇਖੋ ਜਿਹੜੇ ਲੋਕ ਅਸੀਂ ਉਹਨਾਂ ਦੇ ਪਰੋਪਕਾਰੀ ਹਾਂ ਅਸੀਂ ਹੁਣ ਉਹ ਡੇਰਿਆਂ ਨੂੰ ਜਾਂ ਉਹਨਾਂ ਅਖਾੜਿਆਂ ਨੂੰ ਬਿਲਕੁਲ ਕਿਸੇ ਕੀਮਤ ਤੇ ਜਾਣ ਨਹੀਂ ਦੇਵਾਂਗੇ ਕਿਉਂਕਿ ਅਖਾੜਾ ਸਮਾਜ ਦੇ ਵਿੱਚ ਜਿਹੜੇ ਸਾਧੂ ਨੇ ਪਹਿਲਾਂ ਉਹਨਾਂ ਤੋਂ ਪੈਸੇ ਲੈ ਗਏ ਉਹ ਅਖਾੜੇ ਵੇਚ ਕੇ ਗਏ ਹੋਏ ਆ ਉਹਨਾਂ ਨੂੰ ਪੈਨਸ਼ਨ ਦੇ ਤੌਰ ਤੇ 20-25,000 ਰੁਪਇਆ ਮਹੀਨਾ ਗੁਰੂ ਜੀ ਹਰੇਕ ਸਾਧੂ ਨੂੰ ਦੇ ਰਹੇ ਸੀ ਅੱਛਾ ਜਿਹੜੇ ਅੱਜ ਦੁਬਾਰਾ ਫੇਰ ਉਹਨਾਂ ਅਖਾੜਿਆਂ ਦੀ ਉੱਤਰ ਅਧਿਕਾਰਤਾ ਸਾਬਤ ਕਰਨ ਤੇ ਲੱਗੇ ਹੋਏ ਆ ਇਸੇ ਤਰ੍ਹਾਂ ਹੀ ਜਿਹੜੇ ਸਾਡੇ 10-12 ਕੁ ਬੰਦੇ ਟੋਟਲ ਪੰਜਾਬ ਚੋਂ ਇਕੱਠੇ ਹੋ ਕੇ ਸਮੁੱਚੀ ਭਾਰਤ ਦੀ ਜਥੇਬੰਦੀ ਨੂੰ ਠੀਕ ਹੈ ਆਪਣੇ ਆਪ ਹੀ ਆਰਗਨਾਈਜ਼ ਕਰ ਰਿਹਾ ਵੀ ਅਸੀਂ ਆਹ ਬੰਦਾ ਫਲਾਣੀ ਥਾਂ ਤੇ ਲਾਤਾ ਫਲਾਣੀ ਥਾਂ ਤੇ ਲਾਤਾ ਫਲਾਣੀ ਥਾਂ ਤੇ ਲਾਤਾ ਹਿੰਦੂ ਤਖ਼ਤ ਦਾ ਇੱਕ ਵੀ ਬੰਦਾ ਉੱਥੇ ਮੌਜੂਦ ਨਹੀਂ ਸੀ ਇੱਕ ਵੀ ਅਹੁਦੇਦਾਰ ਮੌਜੂਦ ਨਹੀਂ ਸੀ ਜਿਹੜਾ ਫਗਵਾੜੇ ਕੇ ਇਹਨਾਂ ਨੇ ਹਿੰਦੂ ਤਖ਼ਤ ਦਾ ਉਹਨੂੰ ਤਾਂਤਰਿਕ ਨੂੰ ਮੁਖੀ ਲਾਇਆ ਨਹੀਂ ਉਹ ਤਾਂਤਰਿਕ ਹੈ ਉਹ ਸੋਲਨ ਤੋਂ ਤਾਂਤਰਿਕ ਹੈ ਤੇ ਪ੍ਰੇਤਗਿਰੀ ਮਹਾਰਾਜ ਜਿਹੜੇ ਬਲੀ ਘਰ ਚ ਕਮੱਖਿਆ ਬੈਠਦੇ ਆ ਉਹਨਾਂ ਦਾ ਚੇਲਾ ਨਾ ਕਿ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਚੇਲਾ ਪਰ ਮੇਰੇ ਖਿਆਲ ਦੇ ਵਿੱਚ ਜੋ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਤੇ ਸ਼ਾਇਦ ਇਹ ਪੇਸ਼ ਕਰਨ ਦਾ ਯਤਨ ਕੀਤਾ ਗਿਆ ਵੀ ਇਹ ਪੰਚਾਨੰਦ ਗਿਰੀ ਜੀ ਦੇ ਚੇਲੇ ਨੇ ਦੇਖੋ ਆਪਣੇ ਆਪ ਨੂੰ ਹੁਣ ਜੋ ਮਰਜ਼ੀ ਸਾਬਤ ਕਰੀ ਜਾਣ ਕਿਉਂਕਿ 5-7 ਬਿਜ਼ਨਸਮੈਨ ਇਕੱਠੇ ਹੋ ਗਏ ਉਹਨਾਂ ਨਾਲ ਆਮ ਜਨਤਾ ਜਾਂ ਆਮ ਜਿਹੜੇ ਚੇਲੇ ਸੀ ਗੁਰੂ ਜੀ ਦੇ ਜਿਨ੍ਹਾਂ ਨੇ ਨਾਮਦਾਨ ਲਿਆ ਹੋਇਆ ਸੀ ਉਹ ਲੋਕ ਨਹੀਂ ਇਹ ਕੁਛ ਵੱਖ ਵੱਖ ਜ਼ਿਲ੍ਹਿਆਂ ਚੋਂ ਵੱਖ ਵੱਖ ਸਟੇਟਾਂ ਚੋਂ ਇਕੱਠੇ ਹੋਏ ਬਿਜ਼ਨਸਮੈਨ ਨੇ ਇਹ ਆਪਣੇ ਆਪ ਨੂੰ ਉੱਤਰਾਧਿਕਾਰੀ ਸਾਬਤ ਕਰਕੇ ਪੰਜਾਬ ਸਰਕਾਰ ਤੋਂ ਸ਼ਰਤ ਪਾਉਂਦੇ ਨੇ ਜੇ ਗੱਲ ਉੱਤਰਾਧਿਕਾਰੀ ਦੀ ਕਰੀਏ ਤੇ ਤੁਸੀਂ ਕਈ ਵਾਰੀ ਸਾਡੇ ਨਾਲ ਵੀ ਇੰਟਰਵਿਊ ਕਰਦੇ ਹੁੰਦੇ ਸੀ ਤੇ ਜਿਸ ਵੇਲੇ ਪੰਚਾਨੰਦ ਗਿਰੀ ਜੀ ਦਾ ਫੋਨ ਆ ਜਾਂਦਾ ਹੁੰਦਾ ਸੀ ਤੁਸੀਂ ਉਸੇ ਵੇਲੇ ਕਈ ਵਾਰੀ ਸਾਡੀ ਇੰਟਰਵਿਊ ਛੱਡ ਕੇ ਵੀ ਜਾਂਦੇ ਰਹੇ ਜੇ ਗੱਲ ਉੱਤਰਾਧਿਕਾਰੀ ਦੀ ਚੱਲਦੀ ਹੈ ਤੇ ਗੰਗੀ ਪੰਡਤ ਅੱਜ ਫਿਰ ਕਿੱਥੇ ਖੜਾ ਆ ਕੀ ਤੁਸੀਂ ਸੇਵਾਵਾਂ ਨਹੀਂ ਕੀਤੀਆਂ ਕੀ ਤੁਸੀਂ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਨਹੀਂ ਚੱਲੇ ਕੀ ਤੁਹਾਨੂੰ ਉਹਨਾਂ ਦੀ ਸੋਚ ਬਾਰੇ ਨਹੀਂ ਪਤਾ ਕੀ ਤੁਹਾਨੂੰ ਇੱਕ ਇੱਕ ਚੀਜ਼ ਬਾਰੇ ਪਤਾ ਹੈ ਜਦੋਂ ਆਊਟ ਆਫ ਪੰਜਾਬ ਵੀ ਉਹ ਤੁਹਾਨੂੰ ਭੇਜਦੇ ਸੀ ਵੀ ਆਹ ਮਸਲਾ ਇੱਥੇ ਹੱਲ ਕਰਕੇ ਔਰ ਤੁਸੀਂ ਹੱਲ ਕਰਕੇ ਆਉਂਦੇ ਸੀ ਉਹਨਾਂ ਨੇ ਤੁਹਾਨੂੰ ਕਿਹਾ ਵੀ ਪੰਜਾਬ ਦੇ ਅੰਦਰ ਹਿੰਦੂ ਸਿੱਖਾਂ ਦੇ ਵਿੱਚ ਪਾਲ ਨਹੀਂ ਪੈਣਾ ਚਾਹੀਦਾ ਪੁਲ ਦਾ ਕੰਮ ਕਰੋ ਔਰ ਤੁਸੀਂ ਹਿੰਦੂ ਸਿੱਖਾਂ ਦੇ ਵਿੱਚ ਵੀ ਪੁਲ ਦਾ ਕੰਮ ਕੀਤਾ ਸਿੱਖਾਂ ਦੇ ਵੀ ਹਰ ਮਸਲਿਆਂ ਦੇ ਵਿੱਚ ਤੁਸੀਂ ਜਾਂਦੇ ਰਹੇ ਉਹ ਭਾਵੇਂ ਗੁਜਰਾਂ ਵਾਲਾ ਮਸਲਾ ਹੋਵੇ ਉਹ ਭਾਵੇਂ ਕੋਈ ਹੋਰ ਮਸਲਾ ਹੋਵੇ ਤੁਸੀਂ ਜਾਂਦੇ ਰਹੋ ਸਿੱਖਾਂ ਦੇ ਵਿੱਚ ਵੀ ਤੁਹਾਨੂੰ ਰਿਸਪੈਕਟ ਦੀ ਅੱਖ ਦੇ ਨਾਲ ਵੇਖਿਆ ਜਾਂਦਾ ਹੈ ਹਿੰਦੂਆਂ ਦੇ ਵਿੱਚ ਵੀ ਵੇਖਿਆ ਜਾਂਦਾ ਹੈ ਫਿਰ ਤੁਹਾਡੇ ਵਰਗੇ ਲੋਕ ਜਦੋਂ ਅੱਗੇ ਆਉਣਗੇ ਮੇਰਾ ਇਹ ਨਿੱਜੀ ਵਿਚਾਰ ਹੈ ਤੇ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਹਾਲਾਤ ਵੀ ਸੁਖਾਵੇਂ ਹੋਣਗੇ ਤੇ ਹਿੰਦੂ ਸਿੱਖ ਭਾਈਚਾਰਾ ਵੀ ਕਾਇਮ ਹੋਏਗਾ ਮੇਰੇ ਖਿਆਲ ਦੇ ਵਿੱਚ ਜੇ ਤੁਹਾਡੇ ਉੱਤਰਾਧਿਕਾਰੀ ਦੀ ਗੱਲ ਚੱਲਦੀ ਹੈ ਤੇ ਜਿੰਨੀ ਹਿੰਦੂ ਭਰਾਵਾਂ ਨੂੰ ਖੁਸ਼ੀ ਹੁੰਦੀ ਹੈ ਉਸ ਤੋਂ ਕਿਤੇ ਵੱਧ ਸਿੱਖ ਭਰਾਵਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਚੱਲੇਗੀ ਵੀ ਇੱਕ ਚੰਗਾ ਇਨਸਾਨ ਆਵੇਗਾ ਤੇ ਪੰਜਾਬ ਦੇ ਭਲੇ ਦੀ ਗੱਲ ਹੋਵੇਗੀ ਤੁਸੀਂ ਅੱਜ ਕਿੱਥੇ ਖੜਦੇ ਹੋ ਹੁਣ ਸਭ ਤੋਂ ਵੱਡੀ ਗੱਲ ਮੇਰੀ ਉੱਤਰ ਅਧਿਕਾਰਤਾ ਦੇ ਵਿੱਚ ਸਭ ਤੋਂ ਜਿਹੜਾ ਮੁੱਖ ਕਾਰਨ ਤੇ ਰੋੜਾ ਹੈ ਉਹ ਇਹ ਹੈ ਵੀ ਮੈਂ ਜਿੱਥੇ ਹਿੰਦੂਆਂ ਦੀ ਗੱਲ ਕਰਦਾ ਉੱਥੇ ਸਿੱਖ ਸਮਾਜ ਦੀ ਸਿੱਖ ਧਰਮ ਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਬਰਾਬਰ ਕਰਦਾ ਇਹਨਾਂ ਨੂੰ ਸਭ ਤੋਂ ਵੱਧ ਐਲਰਜੀ ਜਿਹੜੇ ਇਹ ਯੂਪੀ ਵਾਲੇ ਹੈ ਦੂਬੇ ਹੈ ਤਿਵਾੜੀ ਹੈ ਜੋ ਭੈਰਵਾਨੰਦ ਹੈ ਹਿਮਾਚਲ ਤੋਂ ਇਹਨਾਂ ਲੋਕਾਂ ਨੇ ਸਿਰਫ ਤੇ ਸਿਰਫ ਨਫ਼ਰਤ ਫੈਲਾਉਣੀ ਹੈ ਹਿੰਦੂ ਸਿੱਖ ਭਾਈਚਾਰੇ ਚ ਪਾੜ ਪਾਉਣਾ ਹੈ ਏਜੰਸੀਆਂ ਤੋਂ ਆਪਣਾ ਜਿਹੜਾ ਸਿਸਟਮ ਹੈ ਉਹ ਕੈਸ਼ ਕਰਨਾ ਠੀਕ ਹੈ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਗੁਰੂ ਜੀ ਕੋਲ ਸਿਕਿਉਰਿਟੀ ਸੀ ਜਿਪਸੀਆਂ ਸੀ ਸਿਸਟਮ ਸੀ ਉਹ ਸਾਨੂੰ ਸਾਰਾ ਕੁਝ ਮਿਲ ਜਾਏਗਾ ਜਿਹੜੇ ਬੜੇ ਵੱਡੇ ਭਰਮ ਭੁਲੇਖੇ ਚ ਨੇ ਨਫ਼ਰਤ ਫੈਲਾ ਕੇ ਸਟੇਟ ਦੇ ਵਿੱਚ ਕੋਈ ਬੰਦਾ ਅੱਗੇ ਨਹੀਂ ਚੱਲ ਸਕਦਾ ਨਾ ਵੱਧ ਸਕਦਾ ਮੇਰਾ ਸਭ ਤੋਂ ਵੱਡਾ ਰਾਹ ਦਾ ਰੋੜਾ ਹੀ ਇਹ ਹੈ ਵੀ ਮੈਂ ਏਕਤਾ ਤੇ ਅਖੰਡਤਾ ਦੀ ਗੱਲ ਕਰਦਾ ਹਾਂ ਤੇ ਮੈਂ ਉਹ ਕਰਦੀ ਰਹਿਣਾ ਮੈਂ ਕੱਲ ਵੀ ਚੈਨਲ ਤੇ ਬੜੇ ਠੋਕ ਵਜਾ ਕੇ ਕਿਹਾ ਸੀ ਵੀ ਅਸੀਂ 15 ਮਾਰਚ ਤੱਕ ਗੁਰੂ ਜੀ ਦਾ ਸਹੀ ਉੱਤਰ ਅਧਿਕਾਰੀ ਜਿਹੜਾ ਧਰਮ ਨੂੰ ਪਿਆਰ ਕਰਦਾ ਹੋਏ ਜਿਹੜਾ ਏਕਤਾ ਨੂੰ ਪਿਆਰ ਕਰਦਾ ਹੋਏ ਤੇ ਜਿਹੜਾ ਸਟੇਟ ਨੂੰ ਸੰਭਾਲ ਕੇ ਰੱਖ ਸਕਦਾ ਉਹ 15 ਮਾਰਚ ਤੱਕ ਸਾਰੇ ਗੁਰੂ ਭਾਈ ਇਕੱਠੇ ਹੋ ਕੇ ਸਾਰੀਆਂ ਸਟੇਟਾਂ ਦੇ ਹਿੰਦੂ ਤਖ਼ਤ ਦੇ ਮੁਖੀ ਇਕੱਠੇ ਕਰਕੇ ਉਹ ਪਬਲਿਕਲੀ ਤੌਰ ਤੇ ਦਵਾਂਗੇ ਇਹ ਜਿਹੜਾ ਇੱਕਾ ਦੁੱਕਾ ਬੰਦੇ 5 ਇਕੱਠੇ ਹੋ ਗਏ 10 ਇਕੱਠੇ ਹੋ ਗਏ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਮਾਜ ਨੂੰ ਤੇ ਧਰਮ ਨੂੰ ਉਹ ਕੰਮ ਚੱਲਣਾ ਨਹੀਂ ਨਾ ਅਸੀਂ ਚੱਲਣ ਦੇਣਾ ਕਿਉਂਕਿ ਮੈਨੂੰ ਉਹਨਾਂ ਨੇ ਸੰਘਰਸ਼ ਸਿਖਾਇਆ ਸੰਘਰਸ਼ੀ ਜ਼ਿੰਦਗੀ ਜਿਉਣੀ ਸਿਖਾਈ ਹੈ ਪੰਚਾਨੰਦ ਜੀ ਨੇ ਮੈਂ ਬਿਲਕੁਲ ਉੱਤੇ ਪਹਿਰਾ ਦੇ ਰਿਹਾ ਸਾਰੀ ਜ਼ਿੰਦਗੀ ਉੱਤੇ ਜਿੰਦਾ ਰਹਾਂਗਾ
ਜੀ ਪਰ ਹੁਣ ਸਵਾਲ ਪੈਦਾ ਆ ਗਿਆ ਵੀ ਉਹਨਾਂ ਦਾ ਭੋਗ ਪੈ ਚੁੱਕਾ ਆ ਹੁਣ ਕਿ ਨਹੀਂ, ਜੋ ਅੰਤਿਮ ਰਸਮਾਂ ਹਿੰਦੂ ਧਰਮ ਦੇ ਮੁਤਾਬਕ ਹੁੰਦੀਆਂ ਨੇ 7 ਤਰੀਕ ਨੂੰ ਸਰ, ਤੇ 7 ਤਰੀਕ ਨੂੰ ਅੰਤਿਮ ਰਸਮਾਂ ਜਿਹੜੀਆਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਮਾਮਲਾ ਉੱਤਰਾਧਿਕਾਰੀ ਦਾ ਖਲਾਰਾ ਪੈ ਚੁੱਕਾ ਹੈ। ਤੁਸੀਂ ਇਹ ਦੇਖੋ ਜੀ, ਇਹਨਾਂ ਲੋਕਾਂ ਨੂੰ ਇੰਨੀ ਹਵਸ਼ ਹੈ ਦੌਲਤ ਸ਼ੋਹਰਤ ਦੀ, ਤਾਕਤ ਦੀ, ਹਜ਼ਮ ਕਰਨ ਦੀ, ਠੀਕ ਹੈ, ਡੇਰਿਆਂ ਤੇ ਕਬਜ਼ੇ ਕਰਨ ਦੀ, ਸਥਾਨਾਂ ਤੇ ਕਬਜ਼ੇ ਕਰਨ ਦੀ, ਜਿੱਥੇ ਉਹਨਾਂ ਦੇ ਦਫ਼ਤਰ ਸੀ ਉੱਥੇ ਕਬਜ਼ੇ ਕਰਾਉਣ ਦੀ, ਇੰਨੀ ਕੋਈ ਜ਼ਿਆਦਾ ਹਵਸ਼ ਵਧੀ ਹੋਈ ਹੈ 5-7 ਬੰਦਿਆਂ ਦੇ ਵਿੱਚ, ਕੁਛ ਸਾਡੇ ਪਟਿਆਲੇ ਤੋਂ ਵੀ ਨਾਲ ਨੇ ਇਹਨਾਂ ਦੇ, ਵੀ ਇਹਨਾਂ ਲੋਕਾਂ ਨੂੰ ਉਹਦੇ ਨਾਲ ਕੋਈ ਪਿਆਰ ਨਹੀਂ ਸੀ ਗੁਰੂ ਨਾਲ, ਇਹਨਾਂ ਨੂੰ ਉਸ ਇਨਸਾਨ ਨਾਲ ਕੋਈ ਪਿਆਰ ਨਹੀਂ ਸੀ, ਸੰਤ ਨਾਲ ਕੋਈ ਪਿਆਰ ਨਹੀਂ ਸੀ, ਸਿਰਫ ਉਹਦੀ ਕੁਰਸੀ ਤੇ ਉਹਦੀ ਦੌਲਤ ਨਾਲ ਪਿਆਰ ਕਰਦੇ ਸੀ। ਇਹ ਆਪਣੇ ਆਪ ਦੇ ਵਿੱਚ ਇਸ ਟਾਈਮ ਦਿਮਾਗੀ ਸੰਤੁਲਨ ਗਵਾ ਚੁੱਕੇ ਆ, ਜਿਹਦਾ ਪਿਓ ਮਰਿਆ ਹੋਏ, ਜਿਹਦਾ ਗੁਰੂ ਘਰ ਪਿਆ ਹੋਏ, ਕਿਉਂਕਿ ਇਹਦੇ ਸਮਾਧੀ ਲੀਨ ਨੇ, ਸਮਾਧੀ ਚ ਪਏ ਨੇ, ਜਦ ਤੱਕ ਆਪਾਂ ਉਹਨਾਂ ਦੇ ਰਸਮਾਂ ਕੰਪਲੀਟ ਨਹੀਂ ਕਰਦੇ ਉੱਤਰ ਅਧਿਕਾਰਤਾ ਦੀ ਕੋਈ ਗੱਲ ਨਹੀਂ ਬਣਦੀ ਜੀ। ਰੌਲਾ ਸਮਾਧੀ ਲੀਨ ਕਿੱਥੇ ਕੀਤਾ ਗਿਆ? ਸੈਕਟਰ 45 ਇਹ ਬੁੜੈਲ ਦੇ ਵਿੱਚ ਜੀ। ਅੱਛਾ, ਸੈਕਟਰ 45 ਬੁੜੈਲ ਦੇ ਵਿੱਚ ਉਹਨਾਂ ਨੂੰ ਸਮਾਧੀ ਲੀਨ ਕੀਤਾ ਗਿਆ। ਉਹਨਾਂ ਦੇ ਆਪਣਾ ਪਰਸਨਲ ਸਥਾਨ ਸੀ ਬਹੁਤ ਵੱਡਾ, ਮਾਂ ਜਵਾਲਾ ਦੇਵੀ ਦਾ ਪ੍ਰਾਚੀਨ ਮੰਦਿਰ ਹੈ ਜੀ, ਉਹਦੇ ਵਿੱਚ ਕੀਤਾ ਗਿਆ ਜੀ। ਓਕੇ ਓਕੇ, ਉਸ ਜਗ੍ਹਾ ਦੇ ਉੱਪਰ ਕੀਤਾ ਗਿਆ। ਉਸ ਜਗ੍ਹਾ ਨੂੰ ਲੈ ਕੇ ਵੀ ਮੈਨੂੰ ਪਤਾ ਲੱਗਿਆ ਵੀ ਕੁਛ ਵਿਵਾਦ ਬਣਿਆ ਸੀ। ਉਹ ਵੀ ਇਹਨਾਂ ਲੋਕਾਂ ਨੇ ਮੈਨੂਪੁਲੇਟ ਕਰਕੇ ਬਣਾਇਆ ਸੀ ਜੀ, ਤੇ ਹੁਣ ਉਹ ਜਗ੍ਹਾ ਦੀ ਜਿਹੜੀ ਰਜਿਸਟਰੀ ਹੈ ਦੀਦੀ ਗੁਰੂ ਮਾਂ ਦੇ ਨਾਂ ਹੋ ਚੁੱਕੀ ਹੈ। ਓਕੇ, ਤੇ ਇਹਨਾਂ ਨੇ ਸੰਤ ਸਮਾਜ ਨੂੰ ਗੁੰਮਰਾਹ ਕੀਤਾ ਸੀ ਕੁਛ ਬੰਦਿਆਂ ਨੇ, ਕੋਈ ਕਹਿੰਦਾ ਸੀ ਮੇਰੇ ਘਰ ਚ ਦੇ ਦੋ ਜੀ ਸਮਾਧੀ, ਕੋਈ ਕਹਿੰਦਾ ਸੀ ਮੇਰੇ ਪਲਾਟ ਚ ਦੇ ਦੋ ਜੀ ਸਮਾਧੀ। ਇਹਨਾਂ ਲੋਕਾਂ ਨੂੰ ਇਹ ਹੋਇਆ ਪਿਆ ਸੀ ਵੀ ਜੇ ਸਮਾਧੀ ਅਸੀਂ ਆਪਣੇ ਘਰ ਚ ਜਾਂ ਆਪਣੇ ਪਲਾਟ ਚ ਜਾਂ ਆਪਣੀ ਜਗ੍ਹਾ ਤੇ ਦਵਾ ਦਿੰਦੇ ਹਾਂ, ਸਾਡੀ ਸਾਰੀ ਜ਼ਿੰਦਗੀ ਲਈ ਮਹਾਰਾਜ ਦੇ ਉੱਤਰਾਧਿਕਾਰੀ ਬਣ ਜਾਵਾਂਗੇ। ਓਕੇ 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 ਜੀ। ਤੇ ਹੁਣ ਜੇ ਗੱਗੀ ਪੰਡਿਤ ਜੀ ਹੁਣ ਲਾਈਏ, ਹੁਣ ਇਸ ਵੇਲੇ ਪ੍ਰਸ਼ਾਸਨ ਦੇ ਕੋਲ ਵੀ ਮਸਲਾ ਜਾ ਚੁੱਕਾ ਆ, ਸਾਰੇ ਪਾਸੇ ਜਾ ਚੁੱਕਾ ਆ, ਹਿੰਦੂ ਸਮਾਜ ਦੇ ਵਿੱਚ ਮਾਮਲਾ ਜਾ ਚੁੱਕਾ, ਜਿਹੜੇ ਹਿੰਦੂ ਸਮਾਜ ਜਾਂ ਇੰਝ ਕਹਿ ਲਓ ਵੀ ਅਖਾੜਿਆਂ ਦੇ ਮੁਖੀ ਨੇ, ਹਿੰਦੂ ਜਿਵੇਂ ਸਿੱਖਾਂ ਦੇ ਵਿੱਚ ਵੀ ਪੰਜ ਸਿੰਘ ਸਾਹਿਬਾਨ ਹੁੰਦੇ ਨੇ, ਮਸਲਾ ਅਕਾਲ ਤਖ਼ਤ ਸਾਹਿਬ ਤੇ ਚਲਾ ਜਾਂਦਾ ਆ, ਇਸੇ ਪ੍ਰਕਾਰ ਹਿੰਦੂ ਸਮਾਜ ਦੇ ਵਿੱਚ ਵੀ ਮਹਾਮੰਡਲੇਸ਼ਵਰ ਨੇ ਜਾਂ ਹੋਰ ਬੜੀਆਂ ਮਹਾਨ ਸ਼ਖਸੀਅਤਾਂ ਨੇ, ਕੀ ਇਹ ਮਸਲਾ ਉਹਨਾਂ ਤੱਕ ਵੀ ਪਹੁੰਚਿਆ ਤੇ ਉਹਨਾਂ ਨੇ ਇਸ ਵੇਲੇ ਕੀ ਸਟੈਂਡ ਲਿਆ? ਦੇਖੋ ਜੀ, ਜਿਹੜੇ ਧਾਰਮਿਕ ਸਟੈਂਡ ਉਹਨਾਂ ਸਾਰਿਆਂ ਦਾ ਬਣਦਾ ਉਹ ਇਹੀ ਬਣਦਾ, ਤੇ ਇਹੀ ਵਾਰ ਵਾਰ ਉਹ ਕਹਿ ਰਹੇ ਆ ਵੀ ਪਹਿਲਾਂ ਰਸਮਾਂ ਤਾਂ ਕੰਪਲੀਟ ਕਰੋ, ਰਸਮਾਂ ਕੰਪਲੀਟ ਕਰਕੇ ਸਾਬਤ ਕਰੋ ਵੀ ਉੱਤਰ ਅਧਿਕਾਰੀ ਕੌਣ ਹੈ, ਇਹ ਰਸਮਾਂ ਨੂੰ ਵਿੱਚ ਛੱਡ ਕੇ ਕੁਰਸੀਆਂ ਵਾਲੇ ਪਾਸੇ ਨਾ ਭਜੋ ਜੀ, ਵਾਰ ਵਾਰ ਇਹਨਾਂ ਨੂੰ ਸਮਝਾ ਕੇ ਜਾ ਰਹੇ ਆ, ਪਰ ਇਹਨਾਂ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ, ਇਹਨਾਂ ਨੂੰ ਲੱਗਦਾ ਵੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਾਂਗੇ, ਅਖਬਾਰਾਂ 'ਚ ਕਰ ਦਾਂਗੇ, ਟੀਵੀਆਂ 'ਤੇ ਕਰ ਦਾਂਗੇ, ਸ਼ਾਇਦ ਸਾਡੀ ਉੱਤਰਾਧਿਕਾਰਤਾ ਸਾਬਤ ਹੋ ਜਾਏਗੀ। ਪਰ ਜੋ ਭੈਰਵਾਨੰਦ ਨੂੰ ਇਹਨਾਂ ਨੇ ਹੁਣ ਮੁਖੀ ਬਣਾਇਆ ਆ, ਉੱਤਰਾਧਿਕਾਰੀ ਬਣਾਇਆ ਆ ਪੰਚਾਨੰਦ ਗਿਰੀ ਜੀ ਦਾ, ਕੀ ਤੁਸੀਂ ਤੇ ਤੁਹਾਡੀ ਟੀਮ ਐਕਸੈਪਟ ਕਰਦੇ ਹੋ ਉਹਨਾਂ ਨੂੰ ਕਿ ਨਹੀਂ ਕਰਦੇ? ਕਿਸੇ ਕੀਮਤ 'ਤੇ ਵੀ ਨਹੀਂ ਜੀ, ਮੁੱਢ ਤੋਂ ਨਕਾਰਦੇ ਹਾਂ। ਜੇ ਭੈਰਵਾਨੰਦ ਦੀ ਗੱਲ ਹੈ ਤਾਂ ਫਿਰ ਗੱਗੀ ਪੰਡਿਤ ਹੈ ਜਿਹੜਾ ਉਹ ਮੁੱਖ ਤੌਰ 'ਤੇ ਗੁਰੂ ਜੀ ਦਾ ਜਿਹੜਾ ਉੱਤਰਾਧਿਕਾਰੀ ਹੈ ਜੀ, ਸਾਰਾ ਸਮਾਜ ਸੰਤ ਸਮਾਜ ਤੇ ਮੇਰੇ ਜਿਹੜੇ ਗੁਰੂ ਭਾਈ ਨੇ ਉਹ ਸਾਰੇ ਮੇਰੇ ਨਾਲ ਨੇ, ਚਾਹੇ ਯੂਪੀ ਦੀ ਗੱਲ ਹੋਏ, ਚਾਹੇ ਬਿਹਾਰ ਦੀ ਹੋਏ, ਚਾਹੇ ਬੰਗਾਲ ਦੀ ਹੋਏ, ਉਹ ਸਾਰੇ ਜਿੰਨੇ ਰਾਜਸਥਾਨ ਦੀ ਹੋਏ, ਸਾਰੇ ਸਾਥੀ ਹੈ ਜਿਹੜੇ ਉਹ ਇਮਾਨਦਾਰੀ ਨਾਲ, ਕਿਉਂਕਿ ਮੇਰੇ ਕੰਮ ਨੂੰ ਦੇਖਦੇ ਸੀ ਗੁਰੂ ਜੀ ਦਾ ਤੇ ਮੇਰਾ ਸਨੇਹ ਦੇਖਦੇ ਸੀ, ਇਹ ਲੋਕ ਬਿਜ਼ਨਸ ਲਈ ਆਉਂਦੇ ਸੀ, ਮੈਂ ਉਹਨਾਂ ਦੀ ਸੇਵਾ ਲਈ ਉੱਥੇ ਰਹਿੰਦਾ ਸੀ ਜੀ, ਮੈਂ ਸਨਾਤਨ ਦੀ ਸੇਵਾ ਕਰਨੀ ਹੈ, ਸਨਾਤਨ ਮਤ ਨੂੰ ਜਿਹੜਾ ਪ੍ਰਚਾਰ ਦੀ ਸੇਵਾ ਕਰਨੀ ਹੈ, ਇਹਨਾਂ ਨੇ ਸਿਰਫ ਨੋਟਾਂ ਦੀ ਤੇ ਸ਼ੋਹਰਤ ਦੀ ਸੇਵਾ ਕਰਨੀ ਹੈ। ਉਹ ਭੈਰਵਾਨੰਦ ਦੇ ਮੁਕਾਬਲੇ ਦੇ ਵਿੱਚ ਜਿਹੜਾ ਮੈਂ ਦੇਖਦਾ ਮੈਂ ਤੇ ਸਿਰਫ ਇੰਨਾ ਚਾਹੁੰਦਾ ਹੁੰਦਾ ਵਾ, ਮੈਂ ਕਹਿੰਦਾ ਹੁੰਦਾ ਵੀ ਜੇ ਇੱਕ ਸਿੱਖ ਭਰਾ ਆ ਉਹ ਸਿੱਖ ਸਮਾਜ ਦਾ ਮੁੱਦਾ ਲੈ ਕੇ ਅੱਗੇ ਜਾਂਦਾ ਆ, ਹਿੰਦੂ ਭਰਾ ਆ ਜਿਵੇਂ ਤੁਸੀਂ ਦੱਸਿਆ ਵੀ ਸਨਾਤਨ ਦੀ ਸੇਵਾ ਕਰਨੀ ਹੈ, ਬਿਲਕੁਲ ਤੁਸੀਂ ਆਪਣੇ ਧਰਮ ਦੇ ਮੁਤਾਬਕ ਸਨਾਤਨ ਦੀ ਸੇਵਾ ਕਰਨਾ ਤੁਹਾਡਾ ਇਖਲਾਕੀ ਫਰਜ਼ ਵੀ ਬਣਦਾ ਆ, ਪਰ ਉਸ ਤੋਂ ਇਲਾਵਾ ਵੀ ਜਿਵੇਂ ਪੰਜਾਬ ਦੇ ਵਿੱਚ ਅਦਰ ਕਮਿਊਨਿਟੀ ਨੇ ਉਹਨਾਂ ਦੇ ਭਾਈਚਾਰਾ ਵੀ ਬਣਾ ਕੇ ਰੱਖਣਾ, ਉਹਨਾਂ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਿਲ ਹੋਣਾ, ਇਹ ਸਨਾਤਨ ਦਾ ਵੱਡਾ ਦਿਲ ਹੈ ਹਨਾ, ਉਹ ਵੀ ਸਾਨੂੰ ਨਾਲ ਲੈ ਕੇ ਚੱਲਣਾ ਪਏਗਾ, ਤੇ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸੀਆਂ ਨੇ, ਔਰ ਇੱਥੇ ਮੈਂ ਜਿਤਨੇ ਵੀ ਹਾਂਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਹੈ ਜਿਹੜਾ ਹੈ ਨਾ ਉਹ ਮੇਰੀ ਜਿਹੜੀ ਹੈ ਮਦਦ ਕੀਤੀ ਜਾਏ, ਤਾਂ ਜੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਦਾ ਸਮਾਂ ਪੰਜਾਬ 'ਚ ਆ ਰਿਹਾ ਖਤਰਨਾਕ ਸਮਾਂ, ਠੀਕ ਹੈ, ਵੀ ਉਹ ਭਾਈਚਾਰੇ ਦੀ ਜਿਹੜੀ ਸਾਂਝ ਉਹਨੂੰ ਕਾਇਮ ਰੱਖ ਸਕਾਂ ਜੀ। ਬਿਲਕੁਲ ਗੱਗੀ ਜੀ, ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ, ਜਲਦੀ ਕਿਸੇ ਮੁੱਦੇ ਦੇ ਉੱਪਰ ਸਾਡੇ ਕੋਲ ਹੋਰ ਵੀ ਆਉਂਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ। ਬਾਕੀ ਪੰਚਾਨੰਦ ਗਿਰੀ ਜੀ ਜੋ ਪਿਛਲੇ ਸਮੇਂ ਵਿੱਚ ਸਮਾਧੀ ਲੀਨ ਹੋਏ ਨੇ, ਦੁੱਖ ਦੀ ਘੜੀ ਦੇ ਵਿੱਚ ਅਸੀਂ ਤੁਹਾਡੇ ਨਾਲ ਹਾਂ। ਰਹੀ ਗੱਲ ਉਹਨਾਂ ਦੇ ਉੱਤਰਾਧਿਕਾਰੀ ਦੀ, ਇੱਥੇ ਵੀ ਕਾਫੀ ਮਨ ਦੁਖੀ ਹੈ ਵੀ ਜੋ ਉਹਨਾਂ ਦੀ ਸੋਚ ਦੇ ਉੱਪਰ ਸੀਗਾ ਜੋ ਪੰਜਾਬ ਨੂੰ, ਕਿਉਂਕਿ ਪੰਜਾਬ ਇੱਕ ਐਸਾ ਸੂਬਾ ਹੈ ਜਿਹਦੇ ਵਿੱਚ ਹਿੰਦੂ ਭਰਾ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ, ਸਾਰੇ ਰਹਿੰਦੇ ਨੇ, ਜੋ ਭਾਈਚਾਰੇ ਨੂੰ ਵੀ ਨਾਲ ਲੈ ਕੇ ਚੱਲੇ, ਤੇ ਬਿਲਕੁਲ ਤੁਸੀਂ ਤੁਹਾਡਾ ਫਰਜ਼ ਬਣਦਾ ਸਨਾਤਨ ਦਾ ਪ੍ਰਚਾਰ ਕਰਨਾ, ਤੁਸੀਂ ਉਹ ਵੀ ਨਾਲ ਲੈ ਕੇ ਚੱਲੋ, ਅਸੀਂ ਚਾਹੁੰਦੇ ਵੀ ਐਸੀ ਸੋਚ ਵਾਲੇ ਸ਼ਖਸ ਅੱਗੇ ਆਉਣੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਹੋਣ।
ਦਿਲ ਦੀਆਂ ਗਹਿਰੀਆਂ ਤੋਂ ਧੰਨਵਾਦ ਜੀ, ਜਲਦੀ ਮਿਲਾਂਗੇ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।